ਜਲੰਧਰ ਦੇ ਪ੍ਰਤਾਪ ਬਾਗ ਵਿਖੇ ਉਸ ਸਮੇਂ ਹੜਕੰਪ ਮਚ ਗਈ ਜਦੋਂ ਉੱਥੇ ਇੱਕ ਸਥਿਤ ਗੋਦਾਮ ਨੂੰ ਅੱਗ ਲੱਗ ਗਈ। ਜਿਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਇੱਕ ਬਰਾਤ ਵੱਲੋਂ ਚਲਾਏ ਗਏ ਪਟਾਕਿਆਂ ਨੂੰ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਦੀ ਇੱਕ ਬਰਾਤ ਲੰਘ ਰਹੀ ਸੀ ਜਿਸ ਦੌਰਾਨ ਕੁਝ ਬਰਾਤੀਆਂ ਵੱਲੋਂ ਪਟਾਕੇ ਚਲਾਏ ਜਾ ਰਹੇ ਸਨ ਅਤੇ ਇੱਕ ਪਟਾਕਾ ਗੋਦਾਮ ਦੇ ਅੰਦਰ ਚਲਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਰਜਿੰਦਰ ਕੁਮਾਰ ਫਾਇਰ ਕਾਲ ਆਈ ਪ੍ਰਤਾਪ ਬਾਗ ਦੇ ਸਾਹਮਣੇ ਕੋਈ ਦੁਕਾਨ 'ਚ ਅੱਗ ਵਾ ਐਟ ਦੀ ਸਪੋਰਟ ਦੋ ਗੱਡੀਆਂ ਲੈ ਕੇ ਆਏ ਆ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਬਾਹਰ ਤਕਰੀਬਨ ਅੱਗ ਜ਼ਿਆਦਾ ਸੀ ਇਹ ਤਾਲੇ ਤੋੜ ਕੇ ਸ਼ਟਰ ਚੱਕ ਕੇ ਦੇਖਿਆ ਅੰਦਰ ਬਹੁਤ ਵੱਡਾ ਗੋਦਾਮ ਆ ਥੋੜ੍ਹੀ ਅੱਗ ਅੰਦਰ ਗਈ ਬਾਕੀ ਬਚਾ ਕਰ ਲਿਆ ਸੀ। ਅੱਗ ਦਾ ਕਾਰਨ ਅੱਗ ਦਾ ਹੁਣ ਲੋਕਾਂ ਨੂੰ ਪਤਾ ਹੋਊਗਾ ਜੀ ਇਹ ਤਾਂ ਮੀਟਰ ਵੀ ਸੜਿਆ ਹੋਇਆ ਸੀ ਹੁਣ ਲੋਕ ਦੱਸਣਗੇ ਜੀ ਕਿੱਦਾਂ ਲੱਗੇ ਪਤਾ ਨਹੀਂ ਲੋਕੀ ਦੱਸ ਰਹੇ ਵੀ ਕੋਈ ਪਟਾਕੇ ਕੋਈ ਚਲਾਏ ਕਿਸੇ ਨੇ ਇੱਥੇ ਬਰਾਤ ਜਾ ਰਹੀ ਸੀ ਬੇਸਿਕਲੀ ਕਹਿੰਦੇ ਕੋਈ ਬਰਾਤ ਜਾ ਰਹੀ ਸੀ ਉਹ ਪਟਾਕੇ ਚਲਾ ਰਹੇ ਸੀ ਉਹਦੇ ਨਾਲ ਬਾਹਰ ਇੱਥੇ ਕੋਈ ਮਟੀਰੀਅਲ ਜਲਣ ਵਾਲਾ ਪਿਆ ਸੀ ਉਹਨੂੰ ਅੱਗ ਲੱਗੀ ਅੱਗ ਕਾਫੀ ਅੰਦਰ ਤੱਕ ਚਲੀ ਗਈ ਸੀ ਚਲੋ ਬਚਾ ਕਰ ਲਈ ਨਹੀਂ ਜਾਨੀ ਨੁਕਸਾਨ ਨਹੀਂ। ਹਾਂਜੀ ਸਰ ਕੀ ਨਾਮ ਹੈ ਜੀ? ਯੋਗੇਸ਼ ਕੋਹਲੀ। ਹਾਂਜੀ ਸਰ ਕੀ ਗੱਲ ਕੀ ਹੋਈ? ਇੱਥੇ ਮੈਂ ਬੈੱਡ 'ਤੇ ਸੁੱਤਾ ਪਿਆ ਸੀ ਅੰਦਰ ਅਤੇ ਮੈਨੂੰ ਰੌਲਾ ਦੀ ਆਵਾਜ਼ ਆਈ ਹੌਲੇ 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 ਕਰਦੇ ਕਰਦੇ ਉਹਨਾਂ ਦੀ ਕਿ ਕੋਈ ਗੱਲ ਹੋ ਗਈ ਅਤੇ ਬਾਅਦ 'ਚ ਦੇਖਿਆ ਉਹ ਪਟਾਕੇ ਚੱਲਦੇ ਪਏ ਬਾਹਰ ਜਦੋਂ ਮੈਂ ਬਾਹਰ ਝਾਤੀ ਮਾਰੀ ਅਤੇ ਉੱਧਰਲੇ ਪਾਸੇ ਨੂੰ ਅੱਗ ਦੇ ਭੰਡਾਰ ਨਿਕਲ ਰਹੇ ਸੀ ਅਤੇ ਅਸੀਂ ਸਾਰੇ ਲੋਕ ਇਕੱਠੇ ਕੀਤੇ ਅਤੇ ਫਟਾਫਟ ਦੌੜ ਕੇ ਉਹਨੂੰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਜਿਹੜਾ ਮੀਟਰ ਸੀ ਬਿਜਲੀ ਦਾ ਉਹਨੂੰ ਬੜੀ ਤੇਜ਼ ਅੱਗ ਲੱਗੀ ਹੋਈ ਸੀ ਅਤੇ ਉਹਦੇ ਉੱਤੇ ਮਿੱਟੀ ਪਾ ਕੇ ਨਿਆਣਿਆਂ ਨੇ ਸਾਰਿਆਂ ਨੇ ਅਤੇ ਉਹਨੂੰ ਬੁਝਾਇਆ ਗਿਆ ਫਿਰ ਫਾਇਰ ਬ੍ਰਿਗੇਡ ਆਈ ਉਹਨਾਂ ਨੇ ਬੜੇ ਸੰਯੋਗ ਦੇ ਨਾਲ ਚੰਗੀ ਤਰ੍ਹਾਂ ਅੱਗ ਬੁਝਾਈ ਸਾਰੀ। ਸਰ ਦੁਕਾਨ ਦਾ ਨਾਮ ਕੀ ਅਤੇ ਅੰਦਰ ਕੀ ਸਮਾਨ ਕੀ ਪਿਆ? ਇਹ ਗਡਾਊਨ ਜਿਹਾ ਸੀਗਾ ਉਹਨਾਂ ਨੇ ਖਰੀਦਿਆ ਸੀ ਕਿਸੇ ਕੋਲੋਂ ਅਤੇ ਉਹ ਬੰਦ ਹੀ ਰਹਿੰਦਾ ਸੀਗਾ ਤਕਰੀਬਨ। ਨਾਮ ਕੀ ਹੈ ਜੀ? ਨਾਂ ਦਾ ਤਾਂ ਪਤਾ ਨਹੀਂ ਉਹ ਆ ਰਹੇ ਹੋਣੀ ਉੱਦਾਂ। ਅੱਗ ਲੱਗਣ ਦਾ ਕਾਰਨ ਕੋਈ ਪਤਾ ਲੱਗਾ? ਉਹ ਵਿਆਹ ਦੇ ਜਿਹੜੇ ਪਟਾਕੇ ਜਲਾਏ ਸੀ ਨਾ ਉਹ ਪਟਾਕਾ ਅੰਦਰ ਚਲੇ ਗਿਆ ਉਹਨਾਂ ਦਾ ਉਹਦੇ ਬਕਸੇ ਬੁਕਸੇ ਸਾਹਮਣੇ ਪਏ ਉਹਨਾਂ ਦੇ ਇਹ ਲਾਲ ਦੁਆਰਾ ਮੰਦਰ ਤੋਂ ਇੱਧਰ ਨੂੰ ਜਾ ਰਹੇ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਗੋਦਾਮ ਦੇ ਮਾਲਕ ਨੇ ਦੱਸਿਆ ਕਿ ਗੋਦਾਮ ਵਿੱਚ ਬਿਜਲੀ ਦਾ ਸਮਾਨ ਰੱਖਿਆ ਹੋਇਆ ਹੈ ਅਤੇ ਦੇਖਣ 'ਤੇ ਹੀ ਪਤਾ ਲੱਗੇਗਾ ਕਿ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ। ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ? ਜੋਗਿੰਦਰ ਰਹੂਜਾ। ਹਾਂਜੀ ਸਰ ਦੁਕਾਨ ਕਾਹਦੀ ਸੀ, ਕੀ ਨਾਮ ਤੋਂ? ਇਹ ਗਡਾਊਨ ਹੈ ਜੀ ਸਾਡਾ। ਕਿਸ ਨਾਮ ਦਾ? ਨਾਮ ਨਹੀਂ ਦੱਸਿਆ ਸੀ ਗਡਾਊਨ। ਅੱਛਾ ਜੀ ਸਰ ਕੀ ਗੱਲ ਕੀ ਹੋਈ? ਪਤਾ ਨਹੀਂ ਅਜੇ ਸਾਨੂੰ ਗੁਆਂਢੀਆਂ ਨੇ ਦੱਸਿਆ ਇਹਨਾਂ ਨੇ ਕਿ ਤੁਹਾਡੇ ਉੱਥੇ ਅੱਗ ਲੱਗ ਗਈ ਹੈ। ਅੱਛਾ ਜੀ। ਸਰ ਅੱਗ ਦਾ ਕੋਈ ਕਾਰਨ ਪਤਾ ਲੱਗਿਆ? ਉੱਥੇ ਉਹ ਪਟਾਕੇ ਪਟੂਕੇ ਚਲਾ ਰਹੇ ਸੀ ਕੋਈ। ਅੱਛਾ ਜੀ। ਸਰ ਦੁਕਾਨ ਦੇ ਅੰਦਰ ਕੀ ਸਮਾਨ ਹੈਗਾ? ਬਿਜਲੀ ਦਾ ਸਮਾਨ ਹੁੰਦਾ ਸਰ। ਸਰ ਕਿੰਨਾ ਨੁਕਸਾਨ ਹੋ ਗਿਆ? ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।